पहला लड़का साडा जिहड़ा सी दिलबाग सिंह सी ਉਹ ਸੰਤਾਂ ਦੇ ਨਾਲ ਪਹਿਲਾਂ ਕਾਰ ਸੇਵਾ 'ਚ ਚਲ ਗਿਆ ਸੀ ਅਤੇ ਸੰਤਾਂ ਦੇ ਨਾਲ ਫਿਰ ਆ ਗਿਆ ਸੀ। ਉਹ ਵੀ ਇੱਕ ਕੰਮ ਗਏ ਸੀ ਹਰਚੋਵਾਲ, ਉਸ ਕੇਸ 'ਚੋਂ ਫੜਿਆ ਗਿਆ ਸੀ ਅਤੇ ਜੇਲ੍ਹ 'ਚ ਵੀ ਰਿਹਾ ਅਤੇ ਉਹਦੀ ਲੱਤ 'ਚ ਬਰੈਸਟ ਵੱਜ ਗਿਆ ਸੀ। ਬਾਅਦ 'ਚ ਉਹ 'ਚ ਦੋ ਕੇਸ ਉਹਦੇ ਖਤਮ ਹੋ ਗਏ ਅਤੇ ਤਿੰਨਾਂ ਦੀ ਜਮਾਨਤ 'ਤੇ ਫਿਰ ਜਦੋਂ ਸੰਤ ਅਕਾਲ ਤਖਤ ਸਾਹਿਬ ਚੱਲ ਗਏ ਸੀ ਉਦੋਂ ਫਿਰ ਉਹਦੀ ਜਮਾਨਤ ਕਰਾ ਕੇ ਅਤੇ ਸੰਤਾਂ ਕੋਲ ਅਸੀਂ ਲੈ ਜਾਂਦਾ ਸੀ। ਉਹ ਤਾਂ 1984 'ਚ ਫਿਰ ਸੰਤਾਂ ਦੇ ਨਾਲ ਸ਼ਹੀਦ ਹੋ ਗਿਆ।